ਘੱਲੂਘਾਰਾ ਦਿਵਸ ਦੇ ਮੱਦੇਨਜ਼ਰ SSP ਬਟਾਲਾ ਅਸ਼ਵਨੀ ਗੁਟਿਆਲ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਵੱਲੋਂ ਘੁਮਾਣ ਵਿਖੇ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ SSP ਅਸ਼ਵਨੀ ਗੁਟਿਆਲ ਨੇ ਕਿਹਾ ਕਿ ਪੰਜਾਬ ਪੁਲਿਸ ਅਣਸੁਖਾਵੇਂ ਮਾਹੌਲ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਤੇ ਸੰਗਤਾਂ ਨੂੰ ਕੋਈ ਮੁਸ਼ਕਲ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਅਜੀਤ ਵੈਬ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਘੱਲੂਘਾਰੇ ਨੂੰ ਲੈ ਕੇ SSP ਬਟਾਲਾ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਪੁਲਿਸ ਫੋਰਸ ਵੱਲ ਜਿਹੜਾ ਅੱਜ ਫਲੈਗ ਮਾਰਚ ਕੀਤਾ ਜਾ ਰਿਹਾ ਘੁਮਾਉਣ ਵਿਖੇ ਪਹੁੰਚਣ ਨਾਲ ਗੱਲਬਾਤ ਕਰਦੇ ਹਾਂ। ਮੈਡਮ, ਅੱਜ ਫਲੈਗ ਮਾਰਚ ਦੇ ਰੂਪ ਵਿੱਚ ਘੁਮਾਉਣ ਪਹੁੰਚੇ ਜੇ ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਇਹ ਜੋ ਫਲੈਗ ਮਾਰਚ ਹੈਗੇ ਆ ਪੂਰੇ ਜ਼ਿਲ੍ਹੇ ਬਟਾਲਾ ਦੇ ਵਿੱਚ ਚੱਲ ਰਿਹਾ। ਅਸੀਂ ਸਿਟੀ ਏਰੀਆ ਸਿਵਲ ਲਾਈਨ ਏਰੀਆ ਤੋਂ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਥਾਣਾ ਰੰਗਣ ਨੰਗਲ ਨਾਓ ਘੁਮਾਉਣ 'ਚ ਹੈਗੇ ਆ। ਇਸ ਤੋਂ ਬਾਅਦ ਜੋ ਦੂਜੇ ਆਪਣੇ ਫਤਿਹਗੜ੍ਹ ਚੂੜੀਆ ਹੈ ਔਰ ਡੇਰਾ ਬਾਬਾ ਨਾਨਕ, ਇਹ ਸਾਰੇ ਸਬ ਡਿਵੀਜ਼ਨ ਦੇ ਵਿੱਚ ਅਸੀਂ ਕਵਰ ਕਰਾ ਰਹੇ ਹਾਂ ਜੀ। ਇਹਨਾਂ ਨੂੰ ਸਪੈਸ਼ਲੀ ਗੱਲੂਘਾਰਾ ਦੇ ਸੈਂਸਿਟੀਵਿਟੀ ਨੂੰ ਦਿਮਾਗ 'ਚ ਰੱਖਦੇ ਹੋਏ ਇਹ ਅੱਜ ਦਾ ਫਲੈਗ ਮਾਰਚ ਜੋ ਹੈਗੇ ਉਹ ਕੱਢੇ ਹੋਏ ਨੇ ਜੀ। ਮਹਿਤਾ ਵਿਖੇ ਵੱਡੇ ਸਮਾਗਮ ਜਿਹੜੇ ਹੋਣ ਜਾ ਰਹੇ ਨੇ ਘੱਲੂਘਾਰੇ ਨੂੰ ਲੈ ਕੇ, ਮਹਿਤਾ ਬਿਲਕੁਲ ਨਜ਼ਦੀਕ ਆ ਘੁਮਾਉਣ ਦੇ ਜਾਂ ਆਪਣੇ ਏਰੀਏ ਦੇ, ਉਹਨੂੰ ਲੈ ਕੇ ਕੋਈ ਵੱਖਰੇ ਤੌਰ 'ਤੇ ਕੋਈ ਪ੍ਰਬੰਧ ਕੀਤੇ ਗਏ ਜੀ? ਬਿਲਕੁਲ ਜੀ, ਕਿ ਜਿੱਥੇ ਵੀ ਵੱਡੀ ਗਿਣਤੀ ਦੇ ਵਿੱਚ ਸਮਾਗਮ ਹੁੰਦੀ ਹੈ, ਭਾਵੇਂ ਉਹ ਗੱਲੂਘਾਰੇ ਦੀ ਹੋਵੇ ਜਾਂ ਦੂਜੇ ਕੋਈ ਵੀ ਤਰੀਕੇ ਸੇ ਫੰਕਸ਼ਨ ਜਦੋਂ ਹੁੰਦਾ ਆ, ਜਦੋਂ ਵੱਡੀ ਤਾਦਾਦ ਦੇ ਵਿੱਚ ਲੋਕ ਇਕੱਠੇ ਹੁੰਦੇ ਆ, ਉੱਥੇ ਕੋਈ ਝਗੜਾ ਦਾ ਵੀ ਹੁੰਦਾ ਆ, ਖਤਰਾ ਕੋਈ ਔਰ ਲੋਨ ਰੋਡ ਦਾ ਇਸ਼ੂ ਹੁੰਦਾ ਆ, ਉਹਨਾਂ ਨੂੰ ਧਿਆਨ ਦੇ ਰੱਖਦੇ ਹੋਏ ਅਸੀਂ ਰੰਗਣ ਨੰਗਲ ਥਾਣਾ ਜੋ ਪੜਤਾ ਹੈ ਮਹਿਤਾ ਥਾਣੇ ਦੇ ਨਾਲ ਜੋ ਲੱਗਦਾ, ਉੱਥੇ ਅਸੀਂ ਐਕਸਟਰਾ ਫੋਰਸ ਵੀ ਲਾਏ ਹੋਏ ਨੇ, ਨਾਕੇ ਤੌਰ 'ਤੇ ਵੀ ਉੱਥੇ ਪ੍ਰਬੰਧ ਕੀਤਾ ਗਿਆ ਔਰ ਇਹ ਐਡੀਸ਼ਨਲ ਪੈਟਰੋਲਿੰਗ ਪਾਰਟੀਜ਼ ਵਗੈਰਾ ਵੀ ਲਾਏ ਹੋਏ ਨੇ। ਮੈਡਮ, ਕੋਈ ਸੰਗਤਾਂ ਜਿਹੜੀਆਂ ਜਾ ਰਹੀਆਂ ਨੇ ਘੱਲੂਘਾਰੇ ਨੂੰ ਲੈ ਕੇ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਕੋਈ ਸਮੱਸਿਆ ਤਾਂ ਨਹੀਂ ਉਹਨਾਂ ਨੂੰ ਜੀ? ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈ ਜੀ, ਫ੍ਰੀ ਮੂਵਮੈਂਟ ਹੈ, ਕੋਈ ਬਿਨਾਂ ਪ੍ਰੋਬਲਮ ਕ੍ਰੀਏਟ ਕਰਦੇ ਹੋਏ ਲੋਕਾਂ ਨੂੰ, ਅਗਰ ਹਰ ਕੋਈ ਬੰਦਾ ਫ੍ਰੀ ਹੈ, ਉਹਨਾਂ ਨੂੰ ਜੋ ਅੱਗੇ ਕਰਨਾ ਹੈਗਾ, ਕੋਈ ਮੱਥਾ ਟੇਕਣ ਜਾਣਾ ਹੁੰਦਾ, ਕੋਈ ਕੁਛ ਆਪਣੀ ਭਗਤੀ ਦੇ ਨਾਲ ਚੱਲਦੇ ਆ, ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ। ਲੇਕਿਨ ਪਬਲਿਕ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹੈ ਔਰ ਨਾ ਹੀ ਕੋਈ ਤਰੀਕੇ ਸੇ ਲੋਨ ਲੋਡ ਇਸ਼ੂ ਕ੍ਰੀਏਟ ਨਹੀਂ ਕਰਨੀ ਹੁੰਦੀ ਹੈ ਜੀ। ਐਜ਼ ਲੋਂਗ ਐਜ਼ ਦੈਟ ਇਜ਼ ਸੈਟਿਸਫਾਈਡ, ਕਿਸੇ ਦਾ ਕੋਈ ਦਿੱਕਤ ਨਹੀਂ ਹੈਗੀ। ਇਹ ਸਨ SSP ਮੈਡਮ ਜਿਨ੍ਹਾਂ ਦੱਸਿਆ ਕਿ ਸੰਗਤਾਂ ਦਰਸ਼ਨ ਮੇਲੇ ਕਰਨ ਜਾ ਰਹੀਆਂ ਨੇ, ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਫਲੈਗ ਮਾਰਚ ਜਿਹੜਾ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਵੱਡੀ ਗਿਣਤੀ 'ਚ ਪੁਲਿਸ ਫੋਰਸ ਬਲ ਜਿਹੜੀ ਉਹ ਲਾਈ ਗਈ ਆ, ਨਾਕੇ ਲਗਾਏ ਗਏ ਨੇ, ਜਿਹੜੇ ਸ਼ਰਾਰਤੀ ਤੱਤਵ ਨੇ ਉਹਨਾਂ ਵੱਲ ਨਿਗਾਹ ਜਿਹੜੀ ਰੱਖੀ ਜਾ ਰਹੀ। ਤੁਸੀਂ ਦੇਖਦੇ ਰਹੋ ਅਜੀਤ ਵੈਬ TV, ਮੈਂ ਭੁਪਿੰਦਰ ਸਿੰਘ ਬਰਾ, ਘੁਮਾਉਣ ਬਟਾਲਾ।